ਠੱਠੀਖਾਰਾ ਪਿੰਡ ਅੰਮ੍ਰਿਤਸਰ ਤੋਂ ਨੇੜੇ ਹੀ ਸੀ ਪੱਕੀ ਸੜਕ ਤੇ ਤੇ ਜਿਸ ਮੌਜ ਵਿੱਚ ਇਸ ਟਾਂਗੇ ਵਿੱਚ ਬੈਠਾ ਮਾਨ ਸਿੰਘ ਜਾ ਰਿਹਾ ਸੀ ਉਸ ਵਿੱਚ ਤੇ ਦੂਰ ਦੇ ਪਿੰਡ ਵੀ ਨੇੜੇ ਲੱਗਦੇ ਨੇ ਇਸ ਲਈ ਭਾਵੇਂ ਸ਼ਾਮ ਹੋ ਰਹੀ ਸੀ ਤੇ ਟਾਂਗੇ ਤੇ ਥੱਕੇ ਹੋਏ ਘੋੜੇ ਦੀ ਟਾਪ ਵੀ ਮੱਠੀ ਹੋ ਰਹੀ ਸੀ ਉਹਨੂੰ ਕੋਈ ਚਿੰਤਾ ਨਹੀਂ ਸੀ ਮਾਨ ਸਿੰਘ ਆਪਣੇ ਪਿੰਡ ਛੁੱਟੀ ਤੇ ਆਇਆ ਹੋਇਆ ਇੱਕ ਫੌਜੀ ਸੀ ਠੱਠੀਖਾਰਾ ਉਸਦੇ ਫੌਜੀ ਯਾਰ ਕਰਮ ਸਿੰਘ ਦਾ ਪਿੰਡ ਸੀ ਛੁੱਟੀ ਤੋਂ ਆਇਆ ਮਾਨ ਸਿੰਘ ਆਪਣੇ ਯਾਰ ਕਰਮ ਸਿੰਘ ਦੇ ਪਿੰਡ ਜਾ ਰਿਹਾ ਸੀ ਜਿੰਨੀਆਂ ਗੂੜੀਆਂ ਯਾਰੀਆਂ ਫੌਜ ਵਿੱਚ ਲੱਗਦੀਆਂ ਨੇ ਹੋਰ ਕਿਤੇ ਨਹੀਂ ਲੱਗਦੀਆਂ ਪਹਿਲਾਂ ਤਾਂ ਉਹ ਦੋਵੇਂ ਆਪਣੇ ਰੈਜੀਮੈਂਟਲ ਸੈਂਟਰ ਵਿੱਚ ਇਕੱਠੇ ਰਹੇ ਅਤੇ ਹੁਣ ਮੋਰਚੇ ਵਿੱਚ ਇੱਕ ਬਟਾਲੀਅਨ ਵਿੱਚ ਬਰਮਾ ਫਰੰਟ 'ਤੇ ਲੜ ਰਹੇ ਸਨ ਯਾਰ ਮਾਨਸਿਆ ਯਾਰ ਦਿਲ ਤਾਂ ਮੇਰਾ ਵੀ ਬੜਾ ਹੀ ਕਰਦਾ ਪਿੰਡ ਜਾਣ ਨੂੰ ਪਰ ਇਹ ਚੱਲ ਕੋਈ ਨਾ ਐਤਕੀ ਮੈਂ ਗੇੜਾ ਮਾਰ ਆਉਣਾ ਅਗਲੀ ਵਾਰ ਤੂੰ ਮਾਰ ਆਈ ਹਾਲੇ ਦੇਖ ਪਹਿਲਾਂ ਜਾਏਗਾ ਨਾਇਕ ਮਾਨ ਸਿੰਘ ਛੁੱਟੀ 'ਤੇ ਫਿਰ ਜਾਏਗਾ ਉਹਦਾ ਯਾਰ ਹੌਲਦਾਰ ਕਰਮ ਸਿੰਘ ਛੁੱਟੀ 'ਤੇ ਜੇ ਛੁੱਟੀ ਮਿਲ ਜਾਂਦੀ ਨਾ ਤਾਂ ਆਪਾਂ ਇਕੱਠਿਆਂ ਨੇ ਪਿੰਡ ਚੱਲਣਾ ਸੀ ਇਕੱਠੇ ਛੁੱਟੀਆਂ ਗੁਜ਼ਾਰਦੇ ਅਤੇ ਫਿਰ ਇਕੱਠੇ ਵਾਪਸ ਮੁੜ ਆਉਂਦੇ ਮਾਨਸਿਆ ਪਿੰਡ ਜਾ ਕੇ ਜਿਹੜਾ ਆਨੰਦ ਆਉਂਦਾ ਨਾ ਦੁਨੀਆ ਦੇ ਕਿਸੇ ਕੋਨੇ 'ਚ ਨਹੀਂ ਆਉਂਦਾ ਯਾਰ ਉੱਥੇ ਹਰ ਬੰਦਾ ਆਪਣਾ ਲੱਗਦਾ ਹੈ ਜਦੋਂ ਪਿੰਡ ਜਾਂਦਾ ਨਾ ਤਾਂ ਮੈਨੂੰ ਇੱਦਾਂ ਲੱਗਦਾ ਵੀ ਬਚਪਨ ਅਤੇ ਜਵਾਨੀ ਦੋਵੇਂ ਇਕੱਠੇ ਹੀ ਮੁੜ ਆਏ ਹੋਣ ਜਦੋਂ ਮੈਂ ਛੁੱਟੀ ਜਾਂਦਾ ਨਾ ਤਾਂ ਯਾਰਾਂ ਦੀ ਢਾਣੀ 'ਚ ਬੈਠ ਕੇ ਰਾਤ ਰਾਤ ਭਰ ਗੱਲਾਂ ਮਾਰੀ ਦੀਆਂ ਬਾਈ ਕਰਮ ਸਿਆ ਜਦੋਂ ਤੂੰ ਫੌਜ 'ਚੋਂ ਆ ਜਾਂਦਾ ਨਾ ਪਿੰਡ 'ਚ ਰੌਣਕਾਂ ਲੱਗ ਜਾਂਦੀਆਂ ਚਹਿਲ ਪਹਿਲ ਹੋ ਜਾਂਦੀ ਆ ਰਾਜੀ ਦਾ ਸ਼ੇਰਾ ਹੋਰ ਕਰਮ ਸਿਆ ਕੋਈ ਫੌਜ ਦੀ ਗੱਲ ਸੁਣਾ ਨਾਲੇ ਫੌਜ 'ਚ ਤੁਸੀਂ ਨਿਸ਼ਾਨਾ ਕਿਵੇਂ ਬੰਨ ਕੇ ਮਾਰਦੇ ਆ ਚਾਚਾ ਜਦੋਂ ਮੈਂ ਨਵਾਂ ਨਵਾਂ ਭਰਤੀ ਹੋਇਆ ਨਾ ਫੌਜ 'ਚ ਤਾਂ ਇੱਕ ਦਿਨ ਮੇਰਾ ਸੂਬੇਦਾਰ ਕਹਿੰਦਾ ਕਹਿੰਦਾ ਕਰਮ ਸਿਆ ਉਹ ਪਿੰਡ 'ਚ ਤੂੰ ਕਦੇ ਵਾਹੀ ਖੇਤੀ ਵੀ ਕੀਤੀ ਹੈ ਕਿ ਗੁਲੇਲਾਂ ਨਾਲ ਨਿਸ਼ਾਨਾ ਹੀ ਮਾਰਦਾ ਰਿਹਾ ਕਰਮ ਸਿੰਘ ਆ ਦਿਲ ਤਾਂ ਮੇਰਾ ਵੀ ਕਰਦਾ ਮੈਂ ਭਰਤੀ ਹੋ ਜਾ ਤੇਰਾ ਹੁਣ ਭਰਤੀ ਹੋਣ ਦਾ ਟਾਈਮ ਤੂੰ ਉੱਪਰ ਭਰਤੀ ਹੋ ਵਾਹਿਗੁਰੂ ਕਰਮ ਸਿੰਘ ਭਰਤੀ ਤਾਂ ਮੇਰਾ ਦਿਲ ਕਰਦਾ ਹੁਣ ਪਰ ਤੁਹਾਡੀ ਫੌਜ ਦਾ ਸਾੜਾ ਫੀਤਾ ਮੁੱਕ ਜਾਣਾ ਮੇਰੀ ਛਾਤੀ ਮਿਲਦੀਆਂ ਦਾ ਬਈ ਕਰਮ ਸਿਆ ਬਈ ਤੇਰੇ ਨਿਸ਼ਾਨੇ ਦੀਆਂ ਮਸ਼ਹੂਰੀਆਂ ਤਾਂ ਸਾਡੇ ਪਿੰਡਾਂ ਵੱਲ ਦੂਰ ਦੂਰ ਤੱਕ ਆ ਧਰਮ ਸਿਆ ਭਰਾਵਾ ਸਾਡੇ ਨਿਸ਼ਾਨੇ ਤਾਂ ਮੱਠੇ ਪੈ ਜਾਂਦੇ ਆ ਆ ਤੇਰੀ ਹੀਰ ਸਾਹਮਣੇ ਉਹ ਪੈੜਿਆ ਦੋ ਚਾਰ ਤੁਕਾਂ ਹੀ ਸੁਣਾ ਦੇ ਲੈ ਸੁਣ ਫਿਰ ਹੀਰੇ ਆਖ ਦੀ ਜੋਗੀਆ ਵੇ ਝੂਠ ਬੋਲੇ ਵੇ ਕੌਣ ਰੁੱਠੜੇ ਯਾਰ ਮਨਾਮ ਦਾ ਐਸਾ ਕੋਈ ਨਾ ਮਿਲਿਆ ਵੇ ਮੈਂ ਢੂੰਡ ਥਕੀ ਵੇ ਜਿਹੜਾ ਗਿਆ ਨੂੰ ਮੋੜ ਲਿਆਵਦਾਈ ਯਾਰ ਕਰਮ ਸਿਆ ਉੱਥੇ ਰੈਜੀਮੈਂਟ ਵਿੱਚ ਤਾਂ ਯਾਰ ਫਿਰ ਵੀ ਕਦੀ ਕਦੀ ਬਾਜ਼ਾਰ ਗੇੜਾ ਵੱਜ ਜਾਂਦਾ ਸੀ ਪਰ ਜਦੋਂ ਦੇ ਲੜਾਈ ਦੇ ਮੈਦਾਨ 'ਚ ਆਏ ਹਾਂ ਨਾ ਯਾਰ ਸਭ ਕੁਝ ਬੰਦ ਹੀ ਹੋ ਗਿਆ ਨਾ ਕਦੀ ਕਸਵੀਂ ਵਰਦੀ ਪਾ ਕੇ ਪਰੇਡ ਕਰਨੀ ਬਾਜ਼ਾਰ ਵੀ ਨੇੜੇ ਹੈ ਨਹੀਂ ਵੀ ਬੰਦਾ ਵਿਹਲੇ ਟਾਈਮ ਮੁਫਤੀ ਪਾ ਕੇ ਗੇੜਾ ਹੀ ਮਾਰ ਆਉਂਦਾ ਮਾਨਸਿਆ ਯਾਰ ਇੱਥੇ ਤਾਂ ਆਪਾਂ ਨੂੰ ਕੋਈ ਸਿਆਣਦਾ ਹੀ ਨਹੀਂ ਨਾ ਕੋਈ ਪਿੰਡ ਦਾ ਨਾ ਇਲਾਕੇ ਦਾ ਕੋਈ ਬੰਦਾ ਹੀ ਨਹੀਂ ਮਿਲਦਾ ਇਸੇ ਕਰਕੇ ਤਾਂ ਦਿਲ ਕਰਦਾ ਸੀ ਇਕੱਠੇ ਪਿੰਡ ਚਲੇ ਜਾਂਦੇ ਨਾ ਰੰਗ ਵੱਜ ਜਾਣਾ ਸੀ
ਤਾਂ ਤੇਰੀ ਠੀਕ ਆ ਕਰਮ ਸਿੰਘ, ਨਾਲੇ ਪਿੰਡ ਵੀ ਤਾਂ ਆਪਣੇ ਨੇੜੇ ਨੇੜੇ ਹੀ ਆ, ਠੱਠੀ ਖਾਰੇ ਤੋਂ ਚੂੜਕਾਣਾ ਕਿਹੜਾ ਦੂਰ ਆ। ਤੁਹਾਡਾ ਠੱਠੀ ਖਾਰਾ ਮਾਝੇ 'ਚ ਪੈਂਦਾ ਅਤੇ ਸਾਡਾ ਚੂੜਕਾਣਾ ਇਹ ਦਰਬਾਰ 'ਚ ਆਉਣ ਪੈਂਦਾ। ਪੰਜਾਹ ਖੂਹਾਂ ਦੀ ਕਿਹੜੀ ਕੁਵੇਤ ਹੁੰਦੀ ਆ ਯਾਰ। ਚੱਲ ਸਾਡਾ ਪਿੰਡ ਠੱਠੀ ਖਾਰਾ ਤਾਂ ਭਾਵੇਂ ਬਈ ਮੁੱਢ ਕਦੀਮਾਂ ਤੋਂ ਵਸਿਆ ਹੋਇਆ, ਪਰ ਤੁਹਾਡਾ ਪਿੰਡ ਚੂੜਕਾਣਾ ਉਹ ਸੁੱਖ ਨਾਲ ਜੰਮ ਕੇ ਵੱਧ ਗਿਆ ਹੁਣ ਤੇ। ਵੈਸੇ ਕਰਮ ਸਿਆ, ਦਿਲ ਤਾਂ ਮੇਰਾ ਬੜਾ ਸੀ ਯਾਰ ਤੁਹਾਡੇ ਪਿੰਡ ਦੋ ਰਾਤਾਂ ਰਹਿਣ ਦਾ। ਜੇ ਤੂੰ ਨਾਲ ਚੱਲਦਾ ਫਿਰ ਮੈਂ ਜ਼ਰੂਰ ਰਾਤ ਰਹਿਣਾ ਸੀ। ਫੌਜ 'ਚੋਂ ਛੁੱਟੀ ਮਿਲਣੀ ਨਾ, ਬਹਾਦਰੀ ਦਾ ਤਗਮਾ ਮਿਲਣ ਬਰੋਬਰ ਹੈ ਮਾਨ ਸਿਆ। ਪਰ ਯਾਰ ਤੂੰ ਸਾਡੇ ਘਰ ਮੁੜਦਾ ਹੋਇਆ ਗੇੜਾ ਮਾਰ ਆਵੀਂ, ਹੈਂ, ਬਹਾਨੇ ਨਾਲ ਸਾਡਾ ਪਿੰਡ ਦੇਖ ਲਵੀਂ। ਆਹ ਫੋਟੋ ਬੜੇ ਚਾਅ ਨਾਲ ਖਿਚਾਈ ਸੀ ਮੈਂ, ਫੋਟੋ ਮੇਰੇ ਘਰਦਿਆਂ ਨੂੰ ਦਿਆਂ ਵੀ। ਬੜੀਆਂ ਮਹਿਕਾਂ ਛੱਡਦਾ ਲਿਫਾਫਾ, ਫੁੱਲ ਰੱਖਿਆ ਗੁਲਾਬ ਦਾ ਵਿੱਚ ਕਿ ਭਾਬੀ ਲਈ ਦਿਲ ਬੰਦ ਕਰਤਾ। ਓ ਯਾਰ ਕੁਛ ਤਾਂ ਪਾਇਆ ਹੀ ਹੈ, ਓਏ ਆਪੇ ਸਿਆਣ ਲੈਣਾ ਮੇਰੇ ਘਰਦਿਆਂ ਨੇ, ਮੇਰੀ ਮਹਿਕ ਆ ਜਾਣੀ ਉਹਨਾਂ ਨੂੰ ਲਿਫਾਫੇ 'ਚੋਂ। ਮੇਰਾ ਬਾਪੂ ਬੜਾ ਦਲੇਰ ਬੰਦਾ ਹੈ ਯਾਰ, ਉਹ ਮਾੜੀ ਮੋਟੀ ਗੱਲ ਦੀ ਤਾਂ ਪਰਵਾਹ ਹੀ ਨਹੀਂ ਕਰਦਾ। ਉਹ ਪੁੱਤਰ ਮੈਂ ਅਜੇ ਵੀ ਨਾ 20 ਬੰਦਿਆਂ ਦਾ ਭਾਰ ਇਕੱਲਾ ਚੁੱਕ ਸਕਦਾ ਇਕੱਲਾ। ਦੇਖੀ ਤੈਨੂੰ ਸਾਰਿਆਂ ਨੇ ਨਾ ਹੱਥਾਂ 'ਤੇ ਚੁੱਕ ਲੈਣਾ, ਅਤੇ ਮੇਰੀ ਮਾਂ ਉਹਨੂੰ ਤੇ ਚਾਹ ਹੀ ਚੜ ਜਾਣਾ ਤੈਨੂੰ ਦੇਖ ਕੇ। ਇਹ ਤਾਂ ਮੇਰਾ ਕਰਮਾ ਆਇਆ ਲੱਗਦਾ, ਹਾਏ ਨਹੀਂ ਮੇਰਾ ਪੁੱਤ ਆਇਆ ਲੱਗਦਾ। ਮੈਂ ਚਿੱਠੀ ਲਿਖਦੇ ਉਹਨਾਂ ਨੂੰ, ਤੇ ਮੇਰਾ ਭਰਾ ਛੋਟਾ ਭਰਾ ਜਸਵੰਤ ਦੇਖੀ, ਉਹ ਸਾਰਾ ਇਲਾਕਾ ਘੁਮਾ ਦੂ ਤੈਨੂੰ, ਪੂਰੀ ਟੌਹਰ ਹੈ ਪਿੰਡ 'ਚੋਂ ਦੀ, ਰੌਣਕੀ ਬੰਦਾ ਤੇਰੇ ਵਾਂਗੂ। ਉਹ ਬਾਈ ਸਾਡੇ ਲਈ ਕੋਈ ਜਪਾਨਣ ਜਪੁੰਨਣੀ ਲੱਭ ਲਿਆ ਉੱਥੋਂ, ਭਾਬੀ ਤੂੰ ਹੀ ਸਿਫਾਰਿਸ਼ ਪਾ ਦੇ ਵੀਰ ਨੂੰ। ਆਹ ਵੇਖ ਲਓ ਪੱਟਿਆ ਜਪਾਨਣਾਂ ਦਾ। ਰੱਬ ਤੰਦਰਾ, ਭਾਬੀ ਦਾ ਤੂੰ ਨਾ ਹੀ ਨਹੀਂ ਲਿਆ। ਮਾਨਸਿਆ ਉਹਦੇ ਹੱਥ ਦੀ ਪੱਕੀ ਜੇ ਰੋਟੀ ਖਾ ਲਈ ਨਾ ਤੂੰ ਤਾਂ ਸਮਝ ਲੈ ਫਿਰ ਤੂੰ ਮੁੜਨ ਦਾ ਨਾਂ ਨਹੀਂ ਲੈਂਦਾ, ਉਹ ਉਂਗਲਾਂ ਚੜਦਾ ਰਹਿ ਜਾਏਗਾ। ਫੌਜ ਦੀਆਂ ਭੁੱਲ ਜਾਏਗਾ ਮਜੈਲਾ, ਖਾ ਕੇ ਇਸ ਮਲਵੈਣ ਦੇ ਹੱਥ ਦੀਆਂ ਪੱਕੀਆਂ। ਅੱਛਾ ਇਹ ਗੱਲ ਹੈ। ਤੇ ਮੇਰਾ ਪੁੱਤਰ ਉਹ ਤੇ ਚੰਬੜੀ ਜਾਂਦਾ ਆਏ ਗਏ ਨੂੰ। ਵੈਸੇ ਕਰਮ ਸਿਆ ਤੂੰ ਤਾਂ ਯਾਰ ਆਪਣੇ ਘਰ ਦਾ ਨਕਸ਼ਾ ਹੀ ਖਿੱਚ ਦਿੱਤਾ ਸਾਰਾ, ਮੇਰੇ ਘਰ ਤਾਂ ਬਸ ਮੇਰੀ ਬੇਬੇ ਅਤੇ ਮੇਰੀ ਘਰ ਵਾਲੀ ਆ। ਬਾਪੂ ਨੂੰ ਗੁਜ਼ਰੇ ਤਾਂ 5 ਸਾਲ ਹੋ ਗਏ ਤੈਨੂੰ ਪਤਾ, ਵੈਸੇ ਪਿੰਡ ਸਾਡਾ ਵੀ ਬੜਾ ਰੰਗ ਲਾਇਆ। ਯਾਰ ਪਿੰਡ ਤਾਂ ਤੂੰ ਜਾਏਂਗਾ ਹੀ, ਫੋਟੋ ਦੇ ਬਹਾਨੇ ਸਾਡੇ ਪਿੰਡ ਵੀ ਹੁੰਦਾ ਜਾਈਂ, ਨਾਲੇ ਸੁੱਖ ਸੁਨੇਹਾ ਲੈ ਜੀ। ਯਾਰ ਮੇਰੇ ਕੋਲੋਂ ਗਏ ਨੂੰ ਜਦੋਂ ਤੈਨੂੰ ਮੇਰੇ ਘਰ ਵਾਲੇ ਦੇਖਣਗੇ ਨਾ ਤਾਂ ਅੱਧਾ ਮੇਲ ਤਾਂ ਉਹਨਾਂ ਦਾ ਹੋ ਜਾਏਗਾ ਮੇਰੇ ਨਾਲ, ਅਤੇ ਫਿਰ ਜਦੋਂ ਤੂੰ ਵਾਪਸ ਆਏਗਾ ਉਹਨਾਂ ਨੂੰ ਮਿਲ ਕੇ ਅਤੇ ਮੈਂ ਤੈਨੂੰ ਦੇਖਾਂਗਾ, ਤੇਰੇ ਤੋਂ ਉਹਨਾਂ ਦੀਆਂ ਗੱਲਾਂ ਸੁਣਾਂਗਾ, ਸਮਝ ਲੈ ਅੱਧਾ ਮੇਲ ਮੇਰਾ ਵੀ ਹੋ ਗਿਆ ਉਹਨਾਂ ਨਾਲ। ਤੂੰ ਗਿਆ ਕਦੇ ਸਾਡੇ ਪਿੰਡਾਂ ਵੱਲ? ਅੰਮ੍ਰਿਤਸਰ ਵਿੱਚ ਦੀ 1-2 ਵਾਰ ਲੰਘਿਆ, ਪਰ ਇਹ ਤੁਹਾਡੇ ਪਿੰਡਾਂ ਵੱਲ ਨਹੀਂ ਗਿਆ ਕਦੇ। ਉੱਧਰ ਬੜੇ ਗੁਰਦੁਆਰੇ ਨੇ, ਤਰਨ ਤਾਰਨ, ਖਡੂਰ ਸਾਹਿਬ, ਗੋਂਦਵਾਲ, ਸਭਨਾ ਥਾਈਂ ਮੱਥਾ ਟੇਕ ਆਈ ਅਤੇ ਨਾਲੇ ਸਾਡੇ ਘਰ ਹੋ ਆਈ। ਮੈਂ ਚਿੱਠੀ ਪਾ ਦੂੰ ਉਹਨਾਂ ਨੂੰ। ਯਾਰ ਕਰਮ ਸਿਆ ਆਹ ਤਾਂ ਤੂੰ ਮੇਰੇ ਦਿਲ ਦੀ ਗੱਲ ਕਰਦੀ, ਮੇਰਾ ਸੱਚੀ ਬੜਾ ਦਿਲ ਕਰਦਾ ਸੀ ਤੁਹਾਡਾ ਇਲਾਕਾ ਦੇਖਣ ਨੂੰ। ਚੱਲ ਇਹਨੇ ਬਹਾਨੇ ਤੇਰੇ ਪਿੰਡ ਵੀ ਗੇੜਾ ਮਾਰਾਂ। ਮੇਰਾ ਲਿਫਾਫਾ ਨਾ ਯਾਦ ਨਾਲ ਉਹਨਾਂ ਨੂੰ ਦੇ ਦੇਵੀਂ, ਅਤੇ ਨਾਲੇ ਮੇਰੇ ਪੁੱਤਰ ਨੂੰ ਨਾ ਮੇਰੇ ਵੱਲੋਂ ਜੱਫੀ ਪਾਈ
ਕੁੱਟ ਕੇ। ਵੈਸੇ ਕਰਮ ਸਿਆ, ਇਹ ਕਿਤੇ ਤੂੰ ਨਾਲ ਚੱਲਦਾ ਨਾ ਯਾਰ, ਆਨੰਦ ਵੱਧ ਜਾਣਾ ਸੀ। ਚੱਲ ਇਸ ਵਾਰੀ ਤੂੰ ਜਾ, ਅਗਲੀ ਵਾਰ ਮੈਂ ਗੇੜਾ ਮਾਰਾਂਗਾ ਤੇਰੇ ਪਿੰਡ। ਤੂੰ ਤੜਕੇ ਅੰਮ੍ਰਿਤਸਰ ਵਾਲੀ ਗੱਡੀ ਫੜਨਾ, ਮੈਂ ਤੈਨੂੰ ਆਪ ਛੱਡ ਕੇ ਆਵਾਂਗਾ ਸਟੇਸ਼ਨ ਤਾਈਂ। ਮੈਨੂੰ ਇੱਦਾਂ ਲੱਗੇਗਾ ਕਿ ਮੈਂ ਤੈਨੂੰ ਆਪਣੇ ਪਿੰਡ ਦੇ ਹੋਰ ਨੇੜੇ ਕਰਾਇਆ। ਚੱਲ ਸਵੇਰੇ ਇਕੱਠੇ ਚੱਲਦੇ ਹਾਂ ਫਿਰ ਸਟੇਸ਼ਨ 'ਤੇ। ਚੰਗਾ, ਆਪਣਾ ਖਿਆਲ ਰੱਖੀ ਤੇ ਮੇਰੇ ਇਸ ਲਿਫਾਫੇ ਦਾ ਵੀ। ਉਹ ਇਹਦੀ ਤੂੰ ਚਿੰਤਾ ਨਾ ਕਰ। ਦੇਖ, ਪਹਿਲਾਂ ਮੈਂ ਜਾਊਂਗਾ ਆਪਣੇ ਪਿੰਡ, ਅਤੇ ਫਿਰ ਜਦੋਂ ਥੋੜ੍ਹੇ ਦਿਨਾਂ ਦੀ ਛੁੱਟੀ ਰਹਿ ਗਈ ਫਿਰ ਮਾਰ ਕੇ ਆਊਂਗਾ ਤੇਰੇ ਪਿੰਡ ਗੇੜਾ। ਅੱਛਾ ਮੇਰੀ ਗੱਲ ਸੁਣ, ਮੇਰੇ ਆਉਣ ਦੀ ਚਿੱਠੀ ਪਾ ਦੇਈਂ, ਪਤਾ ਲੱਗੇ ਮੈਨੂੰ ਗਏ ਨੂੰ ਪਛਾਣਨੀ ਨਾ। ਚੰਗਾ ਕਰਮ ਸਿਆ, ਗੱਡੀ ਆ ਗਈ ਲੱਗਦੀ ਹੈ। ਹਾਂ ਹੋਈਏ ਫਿਰ ਉੱਥੇ। ਚਲੋ
मान सिंह ये तो मेरा मान सिंह आया लगता दाल रख दे अंदर पानी का गिलास लिया दौड़ के होर सुना बस वधिया बेबे पहुंच गए पी पानी पुत्र परसों का आटा बुड़की जाता है तो कई दिनों तो कां भी बोली जाता है मैं क्या भाई मन ही आने वाला है साडा मेरा फौजी पुत्र आ गया बेबे मैं हूँ मिलगी छुट्टी ठंड पै गई पुत्र तेन मिल के साडा था ना जानी चेत करदा है रोज ही आटा बुड़ के ते रोज ही बनेरे ते कां बोले ते साड़ा मानी पुत रोज ही साड़े कोल रवे तुसी टेक आए सी मथा आनंदपुर पिछले हफ्ते हाँ जी तुहाडे दोस्त ने आना सी नाल वो आए ने नहीं ओनू तां बेचारे नूं छुट्टी नहीं मिली बड़ा महसूसिया जिहा मूंह बना के मैनूं स्टेशन ते छड्ड के गया ते होर भाई जिहनूं छुट्टी नहीं मिली वह बेचारा सोचता तो होगा ही हुण मैं अगले हफ्ते जाऊँगा उन्होंने पिंड नाले उहदा पिंड वेख आऊँगा ते नाले उहदा सुनेहा दे आऊँगा ओ काका हुणे तू आया आया मगरों ते जाण दीआं गल्लां पहलां कर लग पिया बेबे मेरी तो अद्धी छुट्टी करम सोने पास ही इसे करके करवाई है कि मैं उहदे पिंड जाके आऊँगा ते नाले दा सुनेहा दे आऊँगा चल मारिया ही गेड़ा पर मजैल बड़े रुखे बंदे हुंदे चल मैं हुण थोड़ा आराम कर लां बाकी दियां रात नूं सुणाऊं तुहानूं फौज दियां गल्लां हैं चल कोई नहीं जा ही अपने दोस्त दे घरे होर की बंदा ही बंदे दा दारू हुंदा है करम सों ठीक ही आंदा सी उहदे पिंडां वल किन्ना सकून है किन्नी चुप चैन है उत्थे फौज विच तां असीं गोलियां दीआं आवाज़ां दा ही भार चुकी फिरीदा तुसीं बजुर्गो इधरली पिंडां दे हो ओ नहीं काका मैं तां बहुत देर बाद गेड़ा मार लगा इधर मेरा तां उधरले पिंडा वाल चक्कर लगता ज़्यादा और सवेर की कोई सवारी नहीं मिली तो मैं क्या चल इधर ही गेड़ा लाना अच्छा और बस बस लो सरदार जी आ गया जे ठठी खरा और बस मेहरबानी बुजुर्गो आ लो जी चंगा चंगा सरदार जी जींदे रहे तो फिर मिलेंगे और चलो शेरनिए चल भागे भरिए हट 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 तुसी करमसों दे बापू जी हो आहो जी करम सिंह दा ही घर है उन्हें कोई चिट्ठी नहीं लिखी तुहानू मेरे आने बारे
ਦੱਸਿਆ ਸੀ ਉਹਨੇ ਕਿ ਤੁਸੀਂ ਆਓਗੇ ਸਾਡੇ ਘਰ। ਤੁਸੀਂ ਬੈਠੋ, ਮੈਂ ਤੁਹਾਡੇ ਲਈ ਚਾਹ ਦਾ ਇੰਤਜ਼ਾਮ ਕਰਾ ਕੇ ਆਉਂਦਾ ਬੇਟਾ। ਠੀਕ ਹੈ ਜੀ, ਠੀਕ ਹੈ ਬਾਪੂ। ਚੱਲ ਮਾਰਿਆ ਗੇੜਾ, ਪਰ ਮਜੈਲ ਬੜੇ ਰੁੱਖੇ ਬੰਦੇ ਦਿੰਦੇ ਆ। ਚਾਹ ਦਾ ਕੱਪ ਧਰ ਦਿਓ ਤੇ ਨਾਲੇ ਕੁਝ ਖਾਣ ਨੂੰ ਵੀ ਦੇ ਦਿਓ ਨਾਲ। ਉਹ ਆ ਗਿਆ ਮੁੰਡਾ ਝੂੜਕਾ ਨੇ। ਜਸਵੰਤ ਸਿੰਘ ਕਿੱਥੇ ਆ? ਆਉਂਦਾ ਹੋਣਾ ਹੁਣੇ ਹੀ ਚਰੀ ਦੀ ਗੱਡ ਲੈ ਕੇ। ਅੱਛਾ, ਮਹਾਰਾਜ ਸਤਿ ਸ਼੍ਰੀ ਅਕਾਲ ਜੀ। ਬੇਬੇ ਜੀ ਪੈਰੀ ਪੈਣਾ। ਬਾਪੂ ਜੀ ਜਸਵੰਤ ਸਿੰਘ ਕਿੱਥੇ ਆ? ਲਓ ਆ ਹੀ ਗਿਆ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਆ ਜਸਵੰਤ ਸਿੰਘ। ਵਾਹ 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 ਵਾਹ, ਆ ਜਾਓ ਆਪਾਂ ਉੱਪਰ ਹੀ ਬਹਿੰਦੇ ਹਾਂ। ਆ ਜਾਓ ਚਲੋ। ਵੈਸੇ ਬਾਪੂ ਜੀ ਕਰਮ ਸਿੰਘ ਤੁਹਾਨੂੰ ਸਾਰਿਆਂ ਨੂੰ ਯਾਦ ਬੜਾ ਕਰਦਾ। ਗੱਡੀ ਚੜ੍ਹਨ ਤੱਕ ਮੈਨੂੰ ਤਕੀਦਾਂ ਕਰਦਾ ਰਿਹਾ ਵੀ ਸਾਡੇ ਪਿੰਡ ਜ਼ਰੂਰ ਜਾਵੀਂ। ਵੈਸੇ ਬਾਪੂ ਜੀ ਫੌਜ ਚੜ੍ਹਤ ਬੜੀ ਆ ਕਰਮ ਸਿੰਘ ਦੀ। ਆਹ ਬਰਮਾ ਦੀ ਲੜਾਈ 'ਚ ਉਹਦੀ ਗੋਲੀ ਦਾ ਨਿਸ਼ਾਨਾ ਬੜਾ ਮਸ਼ਹੂਰ ਹੋਇਆ। ਉਹਦੇ ਬਸ ਘੋੜਾ ਦੱਬਣ ਦੀ ਦੇਰ ਆ, ਅੱਖ ਦੇ ਫੋਰ 'ਚ ਜਪਾਨੀ ਢੇਰ ਹੋ ਜਾਂਦਾ। ਤੁਹਾਨੂੰ ਤਾਂ ਕਈ ਵਾਰ ਨਾਲ ਤੁਰਦੇ ਨੂੰ ਨਹੀਂ ਪਤਾ ਲੱਗਦਾ ਵੀ ਉਹ ਜਪਾਨੀ ਲੱਭ ਕਿੱਥੋਂ ਲੈਂਦਾ। ਨਿਆਣੇ ਨੂੰ ਅੰਦਰ ਲੈ ਜਾਓ ਬਈ। ਵੈਸੇ ਜਸਵੰਤ, ਅਸੀਂ ਜਦੋਂ ਰੈਜੀਮੈਂਟ 'ਚ ਸੀ ਨਾ, ਉਦੋਂ ਦੀ ਰਾਈਫਲ ਦਾ ਨਿਸ਼ਾਨਾ ਬੜਾ ਮਸ਼ਹੂਰ ਹੁੰਦਾ ਹੈ। ਨਿਸ਼ਾਨੇ ਦੇ ਵਿਚਕਾਰ ਗੋਲੀ ਮਾਰਦਾ ਹੁੰਦਾ ਹੈ, ਮਤਲਬ ਇੱਦਾਂ ਲੱਗਦਾ ਹੁੰਦਾ ਹੈ ਵੀ ਜਿੱਦਾਂ ਹੱਥ ਨਾਲ ਫੜ ਕੇ ਲੰਘਾਈ ਆ। ਵੈਸੇ ਬਾਪੂ ਜੀ ਉਹਦੇ ਪੱਕੇ ਨਿਸ਼ਾਨੇ ਦਾ ਕਰਕੇ ਨਾ ਟਾਣਾ ਆ ਕੇ ਜਪਾਨੀ ਢੇਰ ਹੋ ਜਾਂਦੇ ਆ। ਜਿੱਥੇ ਮਸ਼ੀਨ ਗਨ ਦੀਆਂ ਗੋਲੀਆਂ ਨਹੀਂ ਨਾ ਕੰਮ ਕਰਦੀਆਂ, ਉੱਥੇ ਕਰਮ ਸਿੰਘ ਦੀ ਇੱਕ ਗੋਲੀ ਕੰਮ ਕਰ ਜਾਂਦੀ। ਵੈਸੇ ਹੁਣ ਤਾਂ ਥੋੜ੍ਹੇ ਜਿਹੇ ਹੱਡ ਉਹਦੇ ਪੱਕੇ ਹੋ ਗਏ ਆ, ਪਰ ਜਦੋਂ ਕਹਿੰਦੇ ਹੁਣ ਵੀ ਉਹ ਜਿਮਨਾਸ ਦੇ ਡੰਡਿਆਂ 'ਤੇ ਚੜਿਆ ਹੋਵੇ ਨਾ, ਇੱਦਾਂ ਲੱਗਦਾ ਵੀ ਜਿੱਦਾਂ ਉਹਨੂੰ ਕੋਈ ਭੂਤ ਚੰਬੜਿਆ ਹੋਵੇ। ਮੈਨੂੰ ਤਾਂ ਲੱਗਦਾ ਸੀ ਕਿ ਸਾਰੇ ਬਰਮਾ ਦੀ ਲੜਾਈ ਦੀਆਂ ਗੱਲਾਂ ਪੁੱਛਣਗੇ, ਪਰ ਇੱਥੇ ਤਾਂ ਕੋਈ ਗੱਲ ਸੁਣਦੇ ਨਹੀਂ। ਜਸਵੰਤ, ਆਪਣੀ ਪਾਣੀ ਦੀ ਵਾਰੀ ਕਦੋਂ ਹੈ? ਆ ਪਰਸੋਂ ਲੱਗਣੀ ਹੈ ਜੀ, 3 ਵਜੇ ਸਵੇਰੇ। ਵੈਸੇ ਬਾਪੂ ਜੀ ਹੋਰ ਤਾਂ ਗੱਲ ਦੀ ਗੱਲ, ਕਰਮ ਸਿੰਘ ਪਹਿਰ ਰਾਤ ਉੱਠਣੋਂ ਤਾਂ ਭੱਜ ਗਿਆ। ਉੱਥੇ ਨੂੰ ਫੌਜ ਬੜਾ ਆਲਸਾ ਜੀ ਸਵੇਰੇ ਉੱਠਣ ਦਾ, ਸਾਰਿਆਂ ਦੇ ਮਗਰੋਂ ਉੱਠਦਾ ਉਹ।
ਇਹ ਬਾਪੂ ਜੀ ਤਰਨ ਤਾਰਨ ਕਿੰਨਾ ਕੁ ਇੱਥੋਂ ਹੈ ਪੁੱਤਰ ਕੋਈ ਚਾਰ ਕੋ ਟਾਂਗਾ ਟੂੰਗਾ ਤਾਂ ਮਿਲ ਹੀ ਜਾਂਦਾ ਹੋਣਾ ਸਵੇਰੇ ਤੂੰ ਟਾਂਗਿਆਂ ਟੂੰਗਿਆਂ ਦੀ ਫਿਕਰ ਨਾ ਕਰ ਜਸਵੰਤ ਨੂੰ ਤੇਰੇ ਨਾਲ ਘੱਲਾਂਗੇ ਦੋਵੇਂ ਭਰਾ ਮੱਥਾ ਟੇਕ ਆਇਓ ਸਾਰੇ ਆਹ ਵਧੀਆ ਚੱਲਦੇ ਹਾਂ ਫਿਰ ਆਪਾਂ ਜਸਵੰਤ ਸਵੇਰੇ ਕਰਮ ਸਿੰਘ ਤਾਂ ਕਹਿੰਦਾ ਸੀ ਵੀ ਮੇਰਾ ਭਰਾ ਜਸਵੰਤ ਬੜਾ ਮਜ਼ਾਕੀ ਹੈ ਬੜੀਆਂ ਗੱਲਾਂ ਸੁਣਾਉਂਗਾ ਪਰ ਇਹ ਤਾਂ ਕੁਝ ਬੋਲਦਾ ਹੀ ਨਹੀਂ ਕਰਮ ਸਿੰਘ ਨੇ ਬੜਾ ਜਸ ਖੱਟਿਆ ਉੱਥੇ ਫੌਜ ਤੂੰ ਨੀ ਕਦੀ ਸੋਚਿਆ ਫੌਜ 'ਚ ਜਾਣ ਬਾਰੇ ਚਰੀਏ ਕਮਾਦ ਵੇਖੋ ਕਿੱਡੇ ਕਿੱਡੇ ਹੋਏ ਆਪਣੇ ਪਿੰਡਾਂ ਵਾਲੇ ਆਹੋ ਬੰਦੇ ਬੰਦੇ ਜਿੱਡੇ ਖੜੇ ਆ ਵਾਹੋ ਵਾਹੋ ਪਾਣੀ ਨੰਕਾਰ ਹੈ 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 ਜਿਸ ਜੇ ਵਟਿਆਵਰ ਨਾ ਕੋਏ ਜਿਸ ਜੇ ਵਟਿਆਵਰ ਨਾ ਕੋਏ ਵਾਹੋ ਵਾਹੋ ਪਾਣੀ ਨੰਕਾਰ ਮੇਰਾ ਖਿਆਲ ਆ ਅੱਜ ਮੈਂ ਵਾਪਸ ਚਲਾ ਹੀ ਜਾਵਾਂ ਹੋਰ ਇੱਥੇ ਰਹਿ ਕੇ ਕਰਨਾ ਵੀ ਕੀ ਹੈ ਕੋਈ ਬਹੁਤੀ ਸਵਾਦ ਵਾਲੀ ਗੱਲ ਨਹੀਂ ਇੱਥੇ ਰੁਕਣਾ ਹੋਰ ਉਹ ਤੇਰੀ ਫੋਟੋ ਤਾਂ ਮੇਰੇ ਝੋਲੇ 'ਚ ਹੀ ਪਈ ਹੈ ਕਰਮ ਸਿੰਘ ਨੇ ਮਾਰ ਮਾਰ ਕੇ ਦੁੰਬਾ ਬਣਾ ਦੇਣਾ ਸੀ ਮੇਰਾ ਪਰ ਯਾਰ ਫੋਟੋ ਇਹਨਾਂ ਨੂੰ ਦਿਆਂ ਕੀ ਇਹ ਤਾਂ ਕੋਈ ਸਵਾਦ ਵਾਲੀ ਗੱਲ ਹੀ ਨਹੀਂ ਕਰਦੇ ਪਰ ਚਲੋ ਸੁਨੇਹਾ ਤਾਂ ਸੁਨੇਹਾ ਹੀ ਹੈ ਸ਼ਾਇਦ ਫੋਟੋ ਦੇਖ ਕੇ ਹੀ ਖੁਸ਼ ਹੋ ਜਾਣ ਬਾਪੂ ਜੀ ਆਹ ਵੇਖੋ ਤੁਹਾਡੇ ਲਈ ਇੱਕ ਚੀਜ਼ ਲਿਆਇਆ ਖੋਲੋ ਜਰਾ ਲਿਫਾਫਾ ਹਾਂਜੀ ਮੈਂ ਕਿਹਾ ਕੀ ਲੈ ਉਡਾ ਗਿਆ ਸਾਹਿਬ ਲਿਆਉਣਾ ਕੀ ਹੈ ਕਰਮ ਸਿੰਘ ਵਿਚਾਰੇ ਦੀ ਪੈਨਸ਼ਨ ਦੇ ਕਾਗਜ਼ ਲਿਆ ਕਰਮ ਸਿੰਘ ਦੀ ਪੈਨਸ਼ਨ ਸਿੰਘ ਦੀ ਪੈਨਸ਼ਨ ਕਰਮ ਸਿੰਘ ਮਾਰਿਆ ਗਿਆ ਉਹ ਬਾਦਸ਼ਾਹ ਉਹ ਸਾਰਾ ਇਲਾਕਾ ਤਰਾ ਤਰਾ ਪਿਆ ਕਰਦਾ ਹੈ ਤੇ ਤੁਸੀਂ ਉਹਦੇ ਘਰ ਬੈਠੇ ਪਏ ਪੁੱਛਦੇ ਹੋ ਕਿ ਕਰਮ ਸਿੰਘ ਮਾਰਿਆ ਗਿਆ ਅੱਜ ਤਾਰ ਆਇਆਂ ਨੂੰ 15 ਦਿਨ ਹੋ ਗਏ ਨੇ ਅੱਜ ਤੇ ਮੈਂ ਉਹਦੀ ਪੈਨਸ਼ਨ ਦੇ ਕਾਗਜ਼ ਲੈ ਕੇ ਆਇਆ
करम सो मारिया गया। ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਐਵੇਂ ਪੁੱਤਰ ਅਸਾਂ ਆਖਿਆ ਕਿ ਮੁੰਡਾ ਛੁੱਟੀ ਕੱਟਣ ਆਇਆ, ਇਹਦੀ ਛੁੱਟੀ ਖਰਾਬ ਨਾ ਹੋਵੇ। ਛੁੱਟੀ ਕੱਟ ਕੇ ਵਾਪਸ ਪਲਟਣ 'ਚ ਜਾਊਗਾ, ਆਪੇ ਸੁਣ ਲਊਗਾ। ਪੁੱਤਰ ਫੌਜੀ ਨੂੰ ਛੁੱਟੀ ਬੜੀ ਪਿਆਰੀ ਹੁੰਦੀ ਹੈ, ਜਿੰਨੀ ਕਰਮ ਸੀ ਉਹਨੂੰ ਪਿਆਰੀ ਸੀ ਉਨੀ ਤੈਨੂੰ ਹੋ। ਸਗੋਂ ਤੈਨੂੰ ਤਾਂ ਬਹੁਤੀ ਹੋ। ਪੁੱਤਰ ਬਾਹਰ ਦੇ ਪਿੰਡਾਂ ਦੇ ਲੋਕ ਤਾਂ ਸੌਣ ਦੇ ਜੰਮ ਪਲ ਨੇ, ਥੋੜੇ ਜਿਹੇ ਔਖ ਨੂੰ ਵੀ ਵੱਡਾ ਕਰਕੇ ਵੇਖਦੇ ਨੇ, ਪਰ ਅਸੀਂ ਕੱਲ ਨੂੰ ਕੱਜ ਰਤਾ ਵੀ ਕਾਮਯਾਬ ਨਹੀਂ ਹੋਏ। ਪੁੱਤਰ ਤੇਰੇ ਨਾਲ ਵੀ ਪੁੱਤਰ ਪੁੱਤ ਮਰਨ ਫਿਰੰਗੀਆ ਤੇਰੇ ਹੋ, ਪੁੱਤ ਮਰਨ ਫਿਰੰਗੀਆ ਤੇਰੇ, ਵਿਨਿਤ ਨਵੀਂ ਲਾਮ ਛੇੜ ਦੈ, ਲਾਮ ਛੇੜ ਦੈ, ਵਿਨਿਤ ਨਵੀਂ ਲਾਮ ਛੇੜ ਦੈ। ਯਾਰ ਮੇਰੇ ਕੋਲੋਂ ਗਏ ਨੂੰ ਜਦੋਂ ਤੈਨੂੰ ਮੇਰੇ ਘਰ ਵਾਲੇ ਦੇਖਣਗੇ ਨਾ, ਤਾਂ ਅੱਧਾ ਮੇਲ ਤਾਂ ਉਹਨਾਂ ਦਾ ਹੋ ਜਾਏਗਾ ਮੇਰੇ ਨਾਲ, ਅਤੇ ਫਿਰ ਜਦੋਂ ਤੂੰ ਵਾਪਸ ਆਏਗਾ ਉਹਨਾਂ ਨੂੰ ਮਿਲ ਕੇ, ਅਤੇ ਮੈਂ ਤੈਨੂੰ ਦੇਖਾਂਗਾ, ਤੇਰੇ ਤੋਂ ਉਹਨਾਂ ਦੀਆਂ ਗੱਲਾਂ ਸੁਣਾਂਗਾ। ਸਮਝ ਲੈ, ਅੱਧਾ ਮੇਲ ਮੇਰਾ ਵੀ ਹੋ ਗਿਆ ਉਹਨਾਂ ਨਾਲ। ਬੜੇ ਗੁਰਦੁਆਰੇ, ਤਰਨ ਤਾਰਨ, ਖਡੂਰ ਸਾਹਿਬ, ਗੋਂਦਵਾਲ, ਸਭਨਾ ਥਾਈ ਮੱਥਾ ਟੇਕ ਆਈ ਤੇ ਨਾਲੇ ਸਾਡੇ ਘਰ ਤੋਂ ਆਈ। ਕਰਮ ਸਿੰਘ ਨੇ ਬੜਾ ਜਸ ਖੱਟਿਆ ਉੱਥੇ ਫੌਜ 'ਚ, ਤੂੰ ਨੀ ਕਦੀ ਸੋਚਿਆ ਫੌਜ 'ਚ ਜਾਣ ਬਾਰੇ? ਮੇਰਾ ਬਾਪੂ ਬੜਾ ਦਲੇਰ ਬੰਦਾ ਹੈ ਯਾਰ, ਉਹ ਮਾੜੀ ਮੋਟੀ ਗੱਲ ਦੀ ਤਾਂ ਪਰਵਾਹ ਹੀ ਨਹੀਂ ਕਰਦਾ। ਪੁੱਤਰ ਅਸੀਂ ਆਖਿਆ ਕਿ ਮੁੰਡਾ ਛੁੱਟੀ ਆਇਆ, ਇਹਦੀ ਛੁੱਟੀ ਖਰਾਬ ਨਾ ਹੋਵੇ। ਅਸੀਂ ਆਖਿਆ ਕਿ ਮੁੰਡਾ ਛੁੱਟੀ ਆਇਆ, ਇਹਦੀ ਛੁੱਟੀ ਖਰਾਬ ਨਾ ਹੋਵੇ। ਮੇਰਾ ਬਾਪੂ ਬੜਾ ਦਲੇਰ ਛੁੱਟੀ ਖਰਾਬ ਨਾ ਹੋਵੇ, ਮਾੜੀ ਮੋਟੀ ਗੱਲ ਦੀ ਤਾਂ ਪਰਵਾਹ ਹੀ ਨਹੀਂ ਕਰਦਾ। ਕਰਮ ਸਿੰਘ ਦਾ ਬਾਪੂ ਮਾਝੇ ਦੇ ਇਹਨਾਂ ਪਿੰਡਾਂ ਦਾ ਜੰਮਪਲ ਹੈ। ਇਹਨਾਂ ਪਿੰਡਾਂ ਦੁਆਲੇ ਬਚਾਅ ਲਈ ਕਿਲੇ ਕੋਟ ਉਸਰੇ ਹੋਏ ਨੇ, ਥਾਂ ਥਾਂ ਮੜੀਆਂ ਅਤੇ ਸਮਾਧਾਂ ਨੇ, ਜਿਹੜੀਆਂ ਪਿਛਲੀਆਂ ਪੀੜ੍ਹੀਆਂ 'ਚ ਇਹਨਾਂ ਲੋਕਾਂ ਦੀ ਭਾਰਤ 'ਤੇ ਧਾਵਾ ਕਰਨ ਵਾਲਿਆਂ ਨਾਲ ਲੜਨ ਮਰਨ ਦੀਆਂ ਕਹਾਣੀਆਂ ਦੱਸਦੀਆਂ ਨੇ। ਇਸੇ ਕਰਕੇ ਬਾਬੇ ਅੰਦਰ ਇੰਨੀ ਸਹਿਣ ਸ਼ਕਤੀ ਹੈ ਕਿ ਉਹ ਦੂਜਿਆਂ ਨੂੰ ਹੌਲਾ ਰੱਖਣ ਲਈ ਆਪ ਭਾਰ ਚੁੱਕਣਾ ਚਾਹੁੰਦਾ।
मैं बचपन सुनिया सी कि एक तौल है जो अपने सिंगा ते सारी धरती का भार चुक के खड़ा रहिंदा है। इउं लगदा है जिवें करम सिंह का बापू उही तौल है जिहड़ा भार थले दबिया होण पिछों भी लोकां दा भार चुकी बैठा है।